ਖਾਸ ਕਰਕੇ ਮੈਂ ਕਾਕੇ ਦੀ ਗੱਲ ਦੇ ਕਰਾਂ ਗਾਣਿਆਂ ਦੇ ਵਿੱਚ ਗੀਤਾਂ ਦੇ ਵਿੱਚ ਰੰਗਾਂ ਦਾ ਬੜਾ ਜ਼ਿਕਰ ਕੀਤਾ ਵਾਈਟ ਰੱਖ ਦਿੱਤਾ ਗਿਆ ਨਾਮ ਇਹ ਕੁਦਰਤੀ ਸੀ ਜਾਂ ਫਿਰ ਤੁਹਾਨੂੰ ਲੱਗਿਆ ਕਿ ਕਾਕਾ ਇਸ ਫਿਲਮ ਦੇ ਵਿੱਚ ਐ ਇਸ ਕਰਕੇ ਇਤਫਾਕ ਨਾਲ ਇਹ ਵੀ ਗੱਲ ਆ ਵੀ ਕਾਕੇ ਵੀਰੇ ਦੇ ਮੋਸਟਲੀ ਗਾਣੇ ਬਲੈਕ ਕਲਰ ਨੂੰ ਉਹ ਕਰਦੇ ਹੁੰਦੇ ਸੀਗੇ ਬਿੱਲੋ ਬੱਗੇ ਬਿੱਲੀਆਂ ਦਾ ਕੀ ਕਰਨਗੀ ਨਹੀਂ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ ਹੋ ਕਾਲੇ ਦੇ ਲਿਬਾਸ ਦੀ ਸੀ ਕਿੰਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਬਲੈਕ ਪੰਜਾਬ ਕਹਿੰਦੇ ਫਿਰ ਲੱਗਦਾ ਸੀ ਨਹੀਂ ਯਾਰ ਅਸੀਂ ਆਪਦੇ ਪੰਜਾਬ ਦੇ ਨਾਲ ਬਲੈਕ ਨਹੀਂ ला ਸਕਦੇ ਕਾਕੀ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦੇ ਗੀਤ ਲਿਖਦਾ ਹੈ ਕਿਸ ਤਰ੍ਹਾਂ ਦਾ ਉਸਦਾ ਬਚੋਕੜ ਹੈ ਫਿਲਮ ਲਈ ਮੈਂ ਜਦੋਂ ਫਿਲਮ ਦੇ ਕਿਰਦਾਰਾਂ ਚ ਹਮੇਸ਼ਾ ਹੈਡ ਨਾਮ ਦਾ ਕਿਰਦਾਰਾ ਵੀਰੇ ਨੇ ਜਿਹੜਾ ਕੀਤਾ ਤਾਂ ਮੈਨੂੰ ਉਹਦੇ ਚ ਹਮੇਸ਼ਾ ਕਾਕਾ ਬਾਈ ਦਿਖਦਾ ਸੀਗਾ ਪਰ ਮੈਨੂੰ ਲੱਗਦਾ ਸੀ ਯਾਰ ਵੀਰੇ ਦੇ ਗਾਣੇ ਰੋਮਾਂਟਿਕ ਜਿਹਨੇ ਵੀ ਸ਼ਾਇਦ ਇਹ ਫਿਲਮ ਥੋੜੀ ਕੀ ਕਹਾਂਗੇ ਬੋਲਡ ਸਬਜੈਕਟ ਦਾ ਹੈਗਾ ਹੀ ਆ ਵੀ ਸ਼ਾਇਦ ਵੀਰੇ ਦੇ ਨਾ ਸਮਝ ਆਏ ਮੋਟੀਆਂ ਫੀਸਾਂ ਲੈਂਦੇ ਨੇ ਬਾਈ ਹੋਰੀ ਗਾਣੇ ਦੀਆਂ ਵੀ ਪਤਾ ਨਹੀਂ ਹੁਣ ਸਾਡੇ ਤੋਂ ਕੀ ਮੰਗ ਲੈਣਗੇ ਅੱਜ ਆਪਾਂ ਇੱਕ ਫਿਲਮ ਬਣਾਈ ਆ ਸਾਡੇ ਨਾਲ ਵੀ ਕੱਲ ਨੂੰ ਕੁਸ਼ਮਰ ਦੀਆਂ ਕੀਆਂ ਹੋ ਸਕਦੀਆਂ ਨੇ ਵੀ ਅਸੀਂ ਕਿਸੇ ਦੀਆਂ ਅੱਖਾਂ 'ਚ ਸੁਰਮਾ ਪਾਉਣ ਚੱਲੇ ਆ ਤਾਂ ਹੋ ਸਕਦਾ ਕਿਸੇ ਦੀ ਅੱਖ ਲਾਲ ਹੋ ਜੇ ਜਾਂ ਦੁਖਣ ਲੱਗ ਜਾਣ ਸਾਡੀ ਫਿਲਮ ਦੇਖ ਕੇ ਸਾਮਣੇ ਵਾਲਾ ਜਿਹੜੇ ਦਰਸ਼ਕ ਨੇ ਉਹ ਸਾਡੇ ਤੋਂ ਕਈ ਗੁਣਾ ਸਿਆਣੇ ਨੇ ਆਪਾਂ ਸਾਲ ਲਾ ਕੇ ਇੱਕ ਫਿਲਮ ਬਣਾਉਨੇ ਆ ਉਹ ਇੱਕ ਸਾਲ ਦੇ ਵਿੱਚ ਹਜ਼ਾਰਾਂ ਫਿਲਮਾਂ ਦੇਖ ਛੱਡਦੇ ਨੇਗੇ ਫਿਲਮ ਐਸੇ ਸਾਲ ਦੇ ਵਿੱਚ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਨਾਮੀ ਗਾਇਕ ਕਾਕਾ ਕਰਤਾਰ ਚੀਮਾ ਸੈਮੂਅਲ ਜੋਨ ਵਾਈਟ ਪੰਜਾਬ ਵਾਈਟ ਪੰਜਾਬ ਕਹਿੰਦੀ ਕੀ ਹੈ ਇਸ ਫਿਲਮ ਦੇ ਵਿੱਚ ਐਸਾ ਕੀ ਮਿਲੇਗਾ ਫਿਲਮਾਂ ਰਿਲੀਜ਼ ਹੋਣ ਦੀ ਜਿਹੜੀ ਗਿਣਤੀ ਹੈ ਉਹ ਤਾਂ ਲਗਾਤਾਰ ਵੱਧ ਰਹੀ ਹੈ ਪੰਜਾਬੀ ਫਿਲਮ ਇੰਡਸਟਰੀ 'ਚ ਜਦੋਂ ਰਿਲੀਜ਼ ਹੋ ਜਾਂਦੀਆਂ ਉਸ ਤੋਂ ਬਾਅਦ ਕਿੰਤੂ ਪਰੰਤੂ ਵੀ ਕਈਆਂ ਤੇ ਹੁੰਦੇ ਆ ਜਦੋਂ ਆਪਾਂ ਇਮਤਿਹਾਨ ਦਿੰਨੇ ਆ ਤਾਂ ਰਿਜ਼ਲਟ ਆਉਂਦੇ ਨੇ ਉਦੋਂ ਖੜਾ ਦੋਨੇ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਕਿਉਂਕਿ ਇਹ ਗੱਲ ਹੀ ਪੰਜਾਬ ਦੀ ਆ। ਪਿਲਮਾਂ ਤੋਂ ਐਕਟਰਾਂ ਤੋਂ ਜਵਾਕ ਬਹੁਤ ਕੁਝ ਸਿੱਖਦੇ ਨੇ ਤਾਂ ਆਪਦੀ ਡਿਊਟੀ ਨਿਭਾਉਣੀ ਹੁੰਦੀ ਆ। ਪਹਿਲਾ ਦਾਵਾ ਸਾਡਾ ਆਪਣਾ ਚਿੱਟਾ ਰੰਗ ਵਾਪਸ ਲੈਣ ਦਾ ਹੀ ਆ। ਕਿਉਂਕਿ ਜਦੋਂ ਆਪਾਂ ਵਾਈਟ ਕਹਿੰਨੇ ਆ ਚਿੱਟਾ ਕਹਿੰਨੇ ਆ ਤਾਂ ਦਿਮਾਗ ਕਈ ਪਾਸੇ ਨਹੀਂ ਸੋਚਦਾ। ਅੱਜ ਦੇ ਸਮੇਂ ਇੱਕ ਹੀ ਰੰਗ ਮਤਲਬ ਇੱਕ ਕਿਸੇ ਨਸ਼ੇ ਨੂੰ ਜ਼ਿਆਦਾ ਫੋਕਸ ਕਰ ਦਿੱਤਾ ਜਾਂਦਾ ਹੈ। ਪਰ ਆਪਣੇ ਕੁੜਤੇ ਪਜਾਮੇ ਚੱਟੇ ਨੇ ਆਪਣੀਆਂ ਘੋੜੀਆਂ ਚੱਟੀਆਂ ਆਪਣੇ ਬੋਲ ਦੇ ਚੱਟੇ ਕਪਾਹਾਂ ਚੱਟੀਆਂ ਦੁੱਧ ਦਹੀਂ ਲੱਸੀ ਸਾਰਾ ਕੁਛ ਤਾਂ ਇਸ ਵਾਈਟ ਪੰਜਾਬ ਦੇ ذریعے ਸਾਡਾ ਪਹਿਲਾ ਤਾਂ ਆਪਦੇ ਚਿੱਟੇ ਰੰਗ ਨੂੰ ਵਾਪਸ ਲੈਣ ਦਾ ਹੀ ਦਾਵਾ ਚਿੱਟੇ ਦਾ ਨਾਮ ਲਾਓ ਤੇ ਕਈ ਤੇ ਮਾਵਾਂ ਹੀ ਕੰਬਣ ਲੱਗ ਜਾਂਦੀਆਂ ਜੇ ਸਾਡੇ ਪੁੱਤਰ ਆ ਜਿਹੜੇ ਕਿਵੇਂ ਬਿੜਾ ਗਰਕ ਹੋ ਗਿਆ ਅਸੀਂ ਸੱਚ ਕਹਿਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਜਿਉਂਦੇ ਮੁੰਡਿਆਂ ਦੀ ਗੱਲ ਹੈ ਜਿਹੜੇ ਵਿਚਾਰੇ ਪਰਿ ਜਵਾਨੀ ਚ ਵਿਦਾਵੀ ਹੋ ਰਹੇ ਨੇ ਕਦੇ ਸੱਚ ਬੋਲਦੇ ਆ ਤਾਂ ਕਈਆਂ ਨੂੰ ਕੌੜਾ ਲੱਗਦਾ ਇਹੋ ਸਿਸਟਮ ਨੂੰ ਵੀ ਕੜਾ ਲੱਗ ਸਕਦਾ ਉਹ ਕਿਸੇ ਹੋਰ ਨੂੰ ਵੀ ਲੱਗ ਸਕਦਾ ਮੁੰਡੇ ਗਲਤ ਰਾਹਾਂ ਬੈ ਗਈ ਜੀ ਪੁਲਿਸ ਦਾ ਦੋਸ਼ ਹੈ ਸਰਕਾਰ ਦਾ ਦੋਸ਼ ਹੈ ਪਹਿਲਾ ਦੋਸ਼ ਉਸ ਬੰਦੇ ਦਾ ਹੀ ਹੁੰਦਾ ਪਰਿਵਾਰਾਂ ਤੇ ਕੀ ਗੁਜ਼ਰਦੀ ਆ ਉਹਨਾਂ ਨੂੰ ਕੀ ਭੁਗਤਣਾ ਪੈਂਦਾ ਪੰਜਾਬੀ ਫਿਲਮ ਜਗਤ ਨੇ ਤਰੱਕੀ ਵੀ ਕੀਤੀ ਹੈ ਤੇ ਬਹੁਤ ਸਾਰੀਆਂ ਕਈ ਵਾਰੀ ਗੱਲਾਂ ਐਸੀਆਂ ਵੀ ਹੁੰਦੀਆਂ ਨੇ ਜਿਸ ਤੋਂ ਇਹ ਲੱਗਦਾ ਹੈ ਫਿਲਮਾਂ ਦੇ ਅੰਦਾਜ਼ੇ ਲਾਏ ਜਾਂਦੇ ਨੇ ਕਿ ਕਹਾਣੀਆਂ ਬਹੁਤ ਹਲਕੀਆਂ ਨੇ ਕਹਾਣੀ ਵੀ ਮੈਟਰ ਕਰਦੀ ਐ ਕਰੈਕਟਰ ਵੀ ਮੈਟਰ ਕਰਦੇ ਨੇ ਹੋਰ ਬਹੁਤ ਕੁਝ ਹੈ ਇਸ ਨੂੰ ਸੌਖਾ ਕੰਮ ਵੀ ਨਹੀਂ ਐ ਬੜੀ ਮਿਹਨਤ ਵਾਲਾ ਕੰਮ ਐ ਤੇ ਇੱਕ ਫਿਲਮ ਐਸੇ ਸਾਲ ਦੇ ਵਿੱਚ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਐ ਜਿਸ ਦੇ ਵਿੱਚ ਨਾਮੀ ਗਾਇਕ ਕਾਕਾ ਇਸ ਤਲਾਵਾ ਕਰਤਾਰ ਚੀਮਾ ਸੈਮੂਅਲ ਜੌਨ ਹੋਰ بڑے ਕਿਰਦਾਰ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਇਸ ਫਿਲਮ ਨੂੰ ਲੀਡ ਕਰਨਗੇ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਪਹਿਲਾਂ ਵੀ ਕਈ ਪ੍ਰੋਜੈਕਟ ਕੀਤੇ ਤੇ ਹੁਣ ਕਰਨ ਜਾ ਰਹੇ ਨੇ ਵਾਈਟ ਪੰਜਾਬ ਵਾਈਟ ਪੰਜਾਬ ਕਹਿੰਦੀ ਕੀ ਹੈ ਇਸ ਫਿਲਮ ਦੇ ਵਿੱਚ ਐਸਾ ਕੀ ਮਿਲੇਗਾ ਕਿ ਸਿਸਟਮ ਦੇ ਉੱਤੇ ਵੀ ਚੋਟ ਕੀਤੀ ਜਾ ਰਹੀ ਹੈ ਮੇਰੇ ਨਾਲ ਨੇ ਇਸੇ ਫਿਲਮ ਦੇ ਡਾਇਰੈਕਟਰ ਗੱਬਰ ਸੰਗਰੂਰ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਆ ਬਾਈ ਜੀ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਜੀ ਧੰਨਵਾਦ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜਿਵੇਂ ਸ਼ੁਰੂਆਤ ਕੀਤੀ ਕਿ ਫਿਲਮਾਂ ਰਿਲੀਜ਼ ਹੋਣ ਦੀ ਜਿਹੜੀ ਗਿਣਤੀ ਆ ਉਹ ਤਾਂ ਲਗਾਤਾਰ ਵੱਧ ਰਹੀ ਆ ਪੰਜਾਬੀ ਫਿਲਮ ਇੰਡਸਟਰੀ ਚ ਜਦੋਂ ਰਿਲੀਜ਼ ਹੋ ਜਾਂਦੀਆਂ ਉਸ ਤੋਂ ਬਾਅਦ ਕਿੰਤੋਂ ਪ੍ਰੰਤੂ ਵੀ ਕਈਆਂ ਤੇ ਹੁੰਦੇ ਆ ਤੁਹਾਡੀ ਫਿਲਮ ਨੂੰ ਲੈ ਕੇ ਐਕਸਾਈਟਮੈਂਟ ਤਾਂ ਹੁੰਦੀ ਆ ਨਰਵਸਨੈਸ ਵੀ ਹੈ ਕਿਤੇ ਅ ਬਈ ਦੇਖੋ ਜਦੋਂ ਆਪਾਂ ਇਮਤਿਹਾਨ ਦਿੰਨੇ ਆ ਤਾਂ ਰਿਜ਼ਲਟ ਆਉਂਦੇ ਨੇ ਉਦੋਂ ਖੜਾ ਦੋਨੇ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਤੇ ਹੋਣੀਆਂ ਵੀ ਚਾਹੀਦੀਆਂ ਨੇ ਜਾਂਦੇ ਬੰਦੇ ਦੀ ਸ਼ਾਇਦ ਇਹ ਹੀ ਨਿਸ਼ਾਨੀਆਂ ਤੇ ਬਾਕੀ ਠੀਕ ਹੈ ਨਰਵਸਨੈਸ ਕੋਈ ਐਡਾ ਕੁਝ ਹੋਣੀ ਹੈਗਾ ਕਿਉਂਕਿ ਇੱਕ ਕਹਾਣੀ ਠੀਕ ਹੈ ਜਿੰਨੀ ਕਿ ਸਾਡੀ ਸਮਝ ਆ ਕਾਫੀ ਸਮੇਂ ਤੋਂ ਫਿਲਮਾਂ ਨਾਲ ਜੁੜੇ ਵੀ ਹੋਇਆ ਤਾਂ ਆਪਣੀ ਸਮਝ ਦੇ ਮੁਤਾਬਕ ਹਰ ਬੰਦਾ ਵਧੀਆ ਚੀਜ਼ ਦੀ ਚੋਣ ਕਰਦਾ ਤਾਂ ਇਹ ਵਿਸ਼ਾ ਵੀ ਵਧੀਆ ਕਹਾਣੀ ਵਧੀਆ ਤਾਂ ਦਰਸ਼ਕ ਵੀ ਇਹਦੇ ਨਾਲ ਆਪਦੇ ਆਪ ਨੂੰ ਰਿਲੇਟ ਕਰਨਗੇ ਕਿਉਂਕਿ ਇਹ ਗੱਲ ਹੀ ਪੰਜਾਬ ਦੀ ਆ ਤੁਸੀਂ ਕਹਿ ਕਿ ਗੱਲ ਪੰਜਾਬ ਦੀ ਹੈ ਜਦੋਂ ਪੰਜਾਬ ਦੇ ਬਾਰੇ ਕੋਈ ਗੱਲ ਹੁੰਦੀ ਹੈ ਕਈ ਪੱਖਾਂ ਦੇ ਉੱਤੋਂ ਤੋਂ ਲੋਕ ਵੀ ਧਿਆਨ ਕੇਂਦਰਿਤ ਕਰਦੇ ਆ ਪੰਜਾਬੀਆਂ ਨੂੰ ਵੀ ਹੁੰਦੀ ਆ ਸੁਖਤਾ ਕਿ ਅਸੀਂ ਸਾਡੀ ਗੱਲ ਹੋ ਰਹੀ ਹੈ ਤੇ ਅਸੀਂ ਦੇਖੀਏ ਵਾਈਟ ਪੰਜਾਬ ਹੀ ਕਿਉਂ ਤੁਹਾਨੂੰ ਲੱਗਿਆ ਕਿ ਪਹਿਲਾ ਸਟੈਪ ਵਾਈਟ ਪੰਜਾਬ ਹੋਣਾ ਚਾਹੀਦਾ ਅ ਬੇਸਿਕਲੀ ਸਾਡਾ ਪਹਿਲਾ ਦਾਵਾ ਕਿਉਂਕਿ ਫਿਲਮ ਇੱਕਰ ਮੈਨੂੰ ਲੱਗਦਾ ਹੈ ਐਂਟਰਟੇਨਮੈਂਟ ਦੇ ਨਾਲ ਉਹਦੀਆਂ ਕਾਫੀ ਰਿਸਪੌਂਸਿਬਿਲਟੀਜ਼ ਵੀ ਹੁੰਦੀਆਂ ਨੇਗੀਆਂ ਉਹਨ ਇੱਕ ਫਿਲਮਾਂ ਤੋਂ ਐਕਟਰਾਂ ਤੋਂ ਜਵਾਬ ਬਹੁਤ ਕੁਝ ਸਿੱਖਦੇ ਨੇ ਤਾਂ ਆਪਦੀ ਡਿਊਟੀ ਨਿਭਾਉਣੀ ਹੁੰਦੀ ਆ ਤਾਂ ਵਾਈਟ ਪੰਜਾਬ ਦੇ ਪਿੱਛੇ ਪਹਿਲਾ ਦਾਵਾ ਸਾਡਾ ਆਪਣਾ ਚਿੱਟਾ ਰੰਗ ਵਾਪਸ ਲੈਣ ਦਾ ਹੀ ਆ ਤਾਂ ਕਿਉਂਕਿ ਜਦੋਂ ਆਪਾਂ ਵਾਈਟ ਕਹਿੰਨੇ ਆ ਚਿੱਟਾ ਕਹਿੰਨੇ ਆ ਤਾਂ ਦਿਮਾਗ ਕਈ ਪਾਸੇ ਨਹੀਂ ਸੋਚਦਾ ਅੱਜ ਦੇ ਸਮੇਂ ਇੱਕ ਹੀ ਰੰਗ ਮਤਲਬ ਇੱਕ ਕਿਸੇ ਨਸ਼ੇ ਨੂੰ ਜ਼ਿਆਦਾ ਫੋਕਸ ਕਰ ਦਿੱਤਾ ਜਾਂਦਾ ਪਰ ਆਪਣੇ ਕੁੜਤੇ ਪਜਾਮੇ ਚਟੇ ਨੇ ਆਪਣੀਆਂ ਘੋੜੀਆਂ ਚਟੀਆਂ ਆਪਣੇ ਬੋਲ ਦੇ ਚਟੇ ਕਪਾਹਾਂ ਚਟੀਆਂ ਤਾਂ ਸਾਡੇ ਹਰ ਖੁਸ਼ੀਆਂ ਚ ਹਨਾ ਵੈਸੇ ਵੀ ਪਾਣੀਆਂ ਦੇ ਰੰਗ ਵੀ ਚੱਤੇ ਨੇ ਰਾਤ ਦੀ ਚਿੱਟੀ ਦੁੱਧ ਮੱਖਣ ਨਹੀਂ ਦੁੱਧ ਦਹੀਂ ਲੱਸੀ ਸਾਰਾ ਕੁਝ ਤਾਂ ਇਸ ਵਾਈਟ ਪੰਜਾਬ ਦੇ ذریعے ਸਾਡਾ ਪਹਿਲਾ ਤਾਂ ਆਪਦੇ ਚਿੱਟੇ ਰੰਗ ਨੂੰ ਵਾਪਸ ਲੈਣ ਦਾ ਹੀ ਦਾਵਾ ਚਿੱਟੇ ਰੰਗ ਦੀ ਵਾਪਸੀ ਲਈ ਕਿਉਂਕਿ ਬਹੁਤ ਸਾਰੀਆਂ ਤੁਸੀਂ ਕਿਹਾ ਕਿ ਸਹੀ ਗੱਲ ਹੈ ਕਿ ਇੱਕ ਪਰਸੈਪਸ਼ਨ ਬਣ ਗਈ ਹੈ ਇੱਕ ਛਾਪ ਛੱਡੀ ਗਈ ਹੈ ਕਿ ਚਿੱਟੇ ਦਾ ਨਾਮ ਲਾਓ ਤੇ ਕਈ ਤੇ ਮਾਵਾਂ ਹੀ ਕੰਬਣ ਲੱਗ ਜਾਂਦੀਆਂ ਕਿ ਸਾਡੇ ਪੁੱਤਰ ਆ ਜਿਹੜੇ ਕਿਵੇਂ ਬੇੜਾ ਬੜਾ ਗਰਕ ਹੋ ਗਿਆ ਕਿਤੇ ਨਾ ਕਿਤੇ ਸਿਸਟਮ ਨੂੰ ਤੁਹਾਡੀ ਫਿਲਮ ਆ ਜਿਹੜੀ ਕਿਤੇ ਰੜਕੇ ਗਈ ਨਹੀਂ ਅੱਖ ਦੇ ਵਿੱਚ ਇਸ ਤਰ੍ਹਾਂ ਦਾ ਵੀ ਕੁਝ ਹੈ ਦੇਖੋ ਜੀ ਹੁਣ ਕੀ ਕਹਿੰਦੇ ਨੇ ਅਸੀਂ ਸੱਚ ਕਹਿਣ ਦੀ ਕੋਸ਼ਿਸ਼ ਕੀਤੀ ਆ ਬੇਸਿਕਲੀ ਹਰ ਇੱਕ ਤੁਹਾਨੂੰ ਕਹਾਣੀ ਕਹਿਣ ਲਈ ਕੁਝ ਨਾ ਕੁਝ ਫੜਨਾ ਪੈਂਦਾ ਸਾਡੀ ਇਸ ਸਾਡੇ ਕੋਲੇ ਲੈਂਸ ਜਿਹੜਾ ਹੈਗਾ ਗੱਲ ਪੰਜਾਬ ਦੀ ਐ ਪੰਜਾਬ ਦੇ ਮੁੰਡਿਆਂ ਦੀ ਐ ਜਿਹੜੇ ਜਿਉਂਦੇ ਮੁੰਡਿਆਂ ਦੀ ਗੱਲ ਐ ਜਿਹੜੇ ਵਿਚਾਰੇ ਪਰਿ ਜਵਾਨੀ ਚ ਵਿਦਾਵੀ ਹੋ ਰਹੇ ਨੇ ਕੁਛ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਕੁਛ ਰੱਬ ਕੋਲੇ ਜਾ ਰਹੇ ਨੇ ਗਏ ਤਾਂ ਜਦੋਂ ਵੀ ਕਦੇ ਸੱਚ ਬੋਲਦੇ ਆ ਤਾਂ ਕਈਆਂ ਨੂੰ ਕੌੜਾ ਲੱਗਦਾ ਤੇ ਉਹ ਸਿਸਟਮ ਨੂੰ ਵੀ ਕੌੜਾ ਲੱਗ ਸਕਦਾ ਉਹ ਕਿਸੇ ਹੋਰ ਨੂੰ ਵੀ ਲੱਗ ਸਕਦਾ ਪਰ ਸਾਡੀ ਜਿਹੜੀ ਕੋਸ਼ਿਸ਼ ਐ ਇਸ ਫਿਲਮ ਦੇ ਜਰੀਏ ਸਾਡੀ ਹਨਾ ਕਿਉਂਕਿ ਇਹ ਬਹੁਤ ਸੌਖਾ ਹੁੰਦਾ ਹਨਾ ਬਈ ਆਪਾਂ ਕਹਿ ਦਿੰਨੇ ਆ ਵੀ ਮੁੰਡੇ ਗਲਤ ਰਾਹਾਂ ਦੇ ਗਏ ਜੀ ਪੁਲਿਸ ਦਾ ਦੋਸ਼ ਐ ਸਰਕਾਰ ਦਾ ਦੋਸ਼ ਐ ਪਰ ਸਾਨੂੰ ਲੱਗਦਾ ਯਾਰ ਪਹਿਲਾ ਦੋਸ਼ ਉਸ ਬੰਦੇ ਦਾ ਹੀ ਹੁੰਦਾ ਕਿਤੇ ਨਾ ਕਿਤੇ ਸਾਡੇ ਕੋਲੇ ਹਰ ਤੁਹਾਡੀ ਵੀ ਜ਼ਿੰਦਗੀ 'ਚ ਸ਼ਾਇਦ ਮੇਰੀ 'ਚ ਹਰ ਕਿਸੇ ਦੀ ਜ਼ਿੰਦਗੀ 'ਚ ਬਹੁਤ ਮੋੜ ਇਹ ਜਿਹੇ ਆਉਂਦੇ ਨੇ ਉਹ ਗਲਤ ਪਾਸੇ ਨੂੰ ਵੀ ਮੁੜ ਸਕਦਾ ਹੈ ਉਹ ਸਹੀ ਨੂੰ ਵੀ ਹੈ ਸਹੀ ਪਾਸੇ ਥੋੜਾ ਜਿਹਾ ਟਾਈਮ ਲੱਗਦਾ ਸਬਰ ਸਬਰ ਚਾਹੀਦਾ ਹੁੰਦਾ ਜਿਹੜਾ ਸ਼ਾਇਦ ਅੱਜ ਯੂਥ 'ਚ ਮੈਸਾ ਆਪਾਂ ਹਰ ਚੀਜ਼ ਦਾ ਕੁਇਕ ਰਿਜ਼ਲਟ ਚਾਹੁੰਦੇ ਆ ਵੀ ਜੇ ਅੱਜ ਵਧੀ ਕੀ ਆਣਾ ਅੱਜ ਆਪਾਂ ਇੱਕ ਫਿਲਮ ਬਣਾਈ ਹੈ ਸਾਡੇ ਨਾਲ ਵੀ ਕੱਲ ਨੂੰ ਕੁਝ ਵਧੀ ਕੀ ਹੋ ਸਕਦੀਆਂ ਨੇ ਪਰ ਉੱਥੇ ਹੌਂਸਲੇ ਨਾਲ ਕੰਮ ਲੈਣਾ ਪੈਂਦਾ ਤਾਂ ਬਸ ਐਦਾਂ ਹੀ ਆ ਤਾਂ ਕਰਕੇ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਅਸੀਂ ਕਿਸੇ ਦੀਆਂ ਅੱਖਾਂ 'ਚ ਸੁਰਮਾ ਪਾਉਣ ਚੱਲੇ ਆ ਤਾਂ ਹੋ ਸਕਦਾ ਕਿਸੇ ਦੀ ਅੱਖ ਲਾਲ ਹੋ ਜੇ ਜਾਂ ਦੁਖਣ ਲੱਗ ਜਾਣ ਸਾਡੀ ਫਿਲਮ ਦੇਖ ਕੇ ਪਰ ਇਹ ਫਿਲਮ ਥੋੜੀ ਨਾਮ ਜ਼ਰੂਰਾ ਜਿੱਦਾਂ ਦਾ ਵੀ ਹੈਗਾ ਪਰ ਫਿਲਮ ਦੇ ਵਿੱਚ ਅਸੀਂ ਜੜੀਆਂ ਕੀ ਕਵਾਂਗੇ ਆਪਣੀਆਂ ਬਰੀਕ ਕਈ ਚੀਜ਼ਾਂ ਪਰਿਵਾਰਾਂ ਪਰਿਵਾਰਾਂ ਤੇ ਕੀ ਗੁਜ਼ਰਦੀ ਆ ਉਹਨਾਂ ਨੂੰ ਕੀ ਭੁਗਤਣਾ ਪੈਂਦਾ ਤਾਂ ਉਹ ਸਾਰੀਆਂ ਸਚਾਈਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿਸ ਤੰਦੇ ਨਾਲ ਜਿੰਨੀ ਕ ਜਾਣਕਾਰੀ ਤੁਸੀਂ ਦਿੱਤੀ ਹੈ ਹੁਣ ਤੱਕ ਜਿਾ ਅਸੀਂ ਵੀ ਵਾਚਿਆ ਇਸ ਤੁਹਾਡੇ ਪ੍ਰੋਜੈਕਟ ਨੂੰ ਇਥੋਂ ਇਹ ਲੱਗਦਾ ਹੈ ਕਿ ਪੰਜਾਬ ਦਾ ਕੋਈ ਐਸਾ ਪਰਿਵਾਰ ਨਹੀਂ ਹੋਣਾ ਜਦੋਂ ਇਹ ਨਾਮ ਸੁਨੇਗਾ ਤੇ ਉਹ ਨਾ ਇਧਰ ਇਸ ਪਾਸੇ ਧਿਆਨ ਦੇਵੇ ਉਹ ਧਿਆਨ ਦੇਣਗੇ ਪਰ ਉਹ ਧਿਆਨ ਦੇਣ ਤੋਂ ਬਾਅਦ ਇਸ ਫਿਲਮ ਦੇ ਜਰੀਏ ਸਿੱਖ ਕੀ ਸਕਦੇ ਔਰ ਖਾਸ ਕਰਕੇ ਇਸ ਫਿਲਮ ਦੇ ਤਜਰਬੇ ਕਿਵੇਂ ਰਹੇ ਤੁਹਾਨੂੰ ਡਾਇਰੈਕਸ਼ਨ ਕਰਦੇ ਦੌਰਾਨ ਆ ਫਿਲਮ ਮੇਕਿੰਗ ਆ ਕੀ ਕਹਿੰਦੇ ਨੇ ਬੜਾ ਕਿਉਂਕਿ ਆਪ ਦੀ ਖੁਸ਼ੀ ਨਾਲ ਚੁਣਿਆ ਇਹ ਫੀਲਡ ਹੈ ਸਾਡਾ ਛੋਟੇ ਹੁੰਦੇ ਤੋਂ ਹੀ ਇਧਰ ਹੀ ਜਾਣਾ ਚਾਹੁੰਦੇ ਹੁੰਦੇ ਸੀਗੇ ਦੇ ਸ਼ੁਕਰਗੁਜ਼ਾਰ ਵੀਆ ਕੁਦਰਤ ਦੇਵੀ ਹੁਣੇ ਸਾਨੂੰ ਸਹੀ ਜਗ੍ਹਾ ਤੇ ਸਾਨੂੰ ਲਿਆ ਕੇ ਵੀ ਰੱਖਿਆ ਤੇ ਸਾਨੂੰ ਐਡਾ ਮੌਕਾ ਦਿੱਤਾ ਅੱਜ ਅਸੀਂ ਪੰਜਾਬ ਨੂੰ ਪਿਆਰ ਕਰਦੇ ਆਪਾਂ ਸਾਰੇ ਪੰਜਾਬ ਨੂੰ ਪਿਆਰ ਕਰਦੇ ਆ ਇੱਥੇ ਸਾਹ ਲੈ ਰਹੇ ਆ ਇੱਥੇ ਰਹਿ ਰਹੇ ਆ ਖੁਸ਼ਕਿਸਮਤ ਵੀਆ ਤੇ ਅੱਜ ਪੰਜਾਬ ਆਪਣੀ ਕਲਾ ਦੇ ਜ਼ਰੀਏ ਆ ਆਪਣੇ ਕਿੱਤੇ ਦੇ ਜ਼ਰੀਏ ਕੰਮ ਦੇ ਜ਼ਰੀਏ ਅੱਜ ਅਸੀਂ ਪੰਜਾਬ ਦਾ ਉਹ ਸ਼ੁਕਰਾਨਾ ਧੰਨਵਾਦ ਕਰਨ ਜੋਗੇ ਹੋ ਗਏ ਤਾਂ ਇੱਕ ਸਕੂਨ ਵੀ ਮਿਲਦਾ ਰਹੀ ਗੱਲ ਬਈ ਸਿੱਖਣ ਦੀ ਆਪਾਂ ਮੈਨੂੰ ਲੱਗਦਾ ਵੀ ਸਖਾ ਸ਼ਾਇਦ ਕਿਸੇ ਨੂੰ ਨਹੀਂ ਸਕਦੇ ਹੁੰਦੇ ਆਪਾਂ ਸਾਰੇ ਹੀ ਸਿਆਣੇ ਆ ਤੇ ਸਾਹਮਣੇ ਵਾਲਾ ਜਿਹੜੇ ਦਰਸ਼ਕ ਨੇ ਉਹ ਸਾਡੇ ਤੋਂ ਕਈ ਗੁਣਾ ਸਿਆਣੇ ਨੇ ਆਪਾਂ ਸਾਲ ਲਾ ਕੇ ਇੱਕ ਫਿਲਮ ਬਣਾਉਂਦੇ ਆ ਉਹ ਇੱਕ ਸਾਲ ਦੇ ਵਿੱਚ ਹਜ਼ਾਰਾਂ ਫਿਲਮਾਂ ਦੇਖ ਛੱਡਦੇ ਨੇਗੇ ਤੇ ਇਹ ਹੈਗਾ ਵੀ ਆਪਣੇ ਵੱਲੋਂ ਜਿਵੇਂ ਮੈਂ ਪਹਿਲਾਂ ਕਹਿ ਆ ਸੀਗਾ ਵੀ ਫਿਲਮ ਮੇਕਰਜ਼ ਦਾ ਇੱਕ ਡਿਊਟੀ ਹੁੰਦੀ ਆ ਰਿਸਪੌਂਸਿਬਿਲਟੀ ਹੁੰਦੀ ਆ ਚੰਗੀਆਂ ਗੱਲਾਂ ਕਹਿਣੀਆਂ ਤੇ ਚੰਗੀਆਂ ਚੀਜ਼ਾਂ ਤਾਂ ਸਾਡੀ ਵੀ ਇਹੀ ਕੋਸ਼ਿਸ਼ ਹੈ ਤੇ ਹੁਣ ਕਿਉਂਕਿ ਫਿਲਮ ਬਣ ਗਈ ਆ ਹਨਾ ਐਡੀਟਿੰਗ ਤੇ ਕਿੰਨੇ ਵਾਰੀ ਇਨਸਾਨ ਫਿਲਮ ਵੇਖ ਲੈਂਦਾ ਤਾਂ ਵੇਖ ਵੇਖ ਕੇ ਸਕੂਨ ਮਿਲਦਾ ਵੀ ਯਾਰ ਜਿਹੇ ਜੀ ਕਹਾਣੀ ਸੀ ਜਿਹਨੂੰ ਕਹਾਣੀ ਨੂੰ ਸੁਣ ਕੇ ਸਾਰੇ ਪਾਤਰ ਨਾਲ ਜੁੜੇ ਸੀ ਰੱਬੀ ਕੰਧੋਲਾ ਵੀਰਾ ਸੈਮੂਅਲ ਜੌਨ ਭਾਜੀ ਕਾਕਾ ਵੀਰਾ ਕਰਤਾਰਜੀ ਤੇ ਸਾਰੀ ਭਰਾ ਜੁੜੇ ਸੀਗੇ ਹਨਾ ਹੋਰ ਵੀ ਤਾਰਾ ਪਾਲ ਹੋ ਗਿਆ ਸਾਡਾ ਮਿਤਰਿੰਦਰ ਜੀ ਤਾਂ ਹੋ ਗਿਆ ਇੰਦਰ ਜੀ ਦੀ ਵੈਬ ਸੀਰੀਜ਼ ਪਿੱਛੇ ਜੇ ਹਿੱਟ ਹੋਈ ਸੀਗੀ ਤਾਂ ਕਾਫੀ ਕਾਫੀ ਜਿਆਦਾ ਚਿਹਰੇ ਪੰਜਾਬ ਦੇ ਵੇਖਣ ਨੂੰ ਮਿਲਣਗੇ ਦੇਚ ਚਿਹਰਿਆਂ ਦੀ ਗੱਲ ਕੀਤੀ ਹੈ ਸਾਰੇ ਹੀ ਉਹ ਨੇ ਜਿਹੜੇ ਆਪਣੀ ਆਪਣੀ ਫੀਲਡ ਦੇ ਵਿੱਚ ਮੰਝੇ ਹੋਇਆ ਪੂਰੇ ਕੜ ਕੇ ਆਏ ਹੋਇਆ ਜਦੋਂ ਸਕਰੀਨ ਤੇ ਦਿਖਣੇ ਹੈ ਸੁਭਾਵਕ ਹੈ ਕਿ ਉਹ ਚੀਜ਼ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗੀ ਖਾਸ ਕਰਕੇ ਮੈਂ ਕਾਕੇ ਦੀ ਗੱਲ ਜੇ ਕਰਾਂ ਗਾਣਿਆਂ ਦੇ ਵਿੱਚ ਗੀਤਾਂ ਦੇ ਵਿੱਚ ਰੰਗਾਂ ਦਾ ਬੜਾ ਜ਼ਿਕਰ ਕੀਤਾ ਔਰ ਫਿਲਮ ਦਾ ਟਾਈਟਲ ਵੀ ਸੁਭਾਵਕ ਹੋ ਗਿਆ ਕਿ ਵਾਈਟ ਰੱਖ ਦਿੱਤਾ ਗਿਆ ਨਾਮ ਇਹ ਕੁਦਰਤੀ ਸੀ ਜਾਂ ਫਿਰ ਤੁਹਾਨੂੰ ਲੱਗਿਆ ਕਿ ਕਾਕਾ ਇਸ ਫਿਲਮ ਦੇ ਵਿੱਚ ਆ ਇਸ ਕਰਕੇ ਨਹੀਂ ਨਹੀਂ ਇਹ ਸ਼ੁਰੂ ਤੋਂ ਹੀ ਸੀਗਾ ਮਤਲਬ ਜਦੋਂ ਆਪਾਂ ਕਹਾਣੀ ਲਿਖੀ ਗਈ ਸੀ ਪਹਿਲਾਂ ਤਾਂ ਜਦੋਂ ਆਪਾਂ ਕਹਾਣੀ ਦਾ ਨਾਮ ਸੋਚਦੇ ਹਾਂ ਕਿਉਂਕਿ ਫਿਲਮ ਜਦੋਂ ਕਿਸੇ ਵੀ ਕਹਾਣੀ ਨੂੰ ਆਪਾਂ ਫਿਲਮੀ ਸਕ੍ਰੀਨਪਲੇ ਬਣਾ ਲਿਆ ਸਾਰਾ ਕੁਝ ਹੋ ਗਿਆ ਸਕ੍ਰਿਪਟ ਹੋ ਗਈ ਜਦੋਂ ਉਹ ਤਾਂ ਉਹਦਾ ਇੱਕ ਨਾਮ ਇੱਕ ਟਾਈਟਲ ਚਾਹੀਦਾ ਹੁੰਦਾ ਤਾਂ ਉਹ ਟਾਈਟਲ ਕਈ ਦਿਮਾਗ ਚ ਆਉਂਦੇ ਨੇਗੇ ਤਾਂ ਕਹਾਣੀ ਦੇ ਨੇੜੇ ਤੇੜੇ ਰਹਿਣਾ ਚਾਹੁੰਦੇ ਸੀ ਇਨਫੈਕਟ ਕਦੇ ਇਹਦਾ ਨਾਮ ਬਲੈਕ ਪੰਜਾਬ ਵੀ ਆਉਂਦਾ ਸੀਗਾ ਕਿਉਂਕਿ ਇਹ ਕਿਤੇ ਨਾ ਕਿਤੇ ਪੰਜਾਬ ਦੇ ਕੁਸ਼ਕ ਕਾਲੇ ਸੱਚਾਂ ਦੀ ਵੀ ਗੱਲ ਕਰਦੀ ਹੈ ਤੇ ਰੰਗ ਕਾਲਾ ਚਿੱਟਾ ਸਾਰੇ ਰੰਗਾਂ ਦੀ ਖੇਡ ਹੈ ਰੰਗਾਂ ਦੀ ਹੀ ਕੁਦਰਤ ਆ ਤੇ ਇਤفاق ਨਾਲ ਇਹਦੀ ਗੱਲ ਆ ਵੀ ਕਾਕੇ ਵੀਰੇ ਦੇ ਮੋਸਟਲੀ ਗਾਣੇ ਅ ਬਲੈਕ ਕਲਰ ਨੂੰ ਉਹ ਕਰਦੇ ਹੁੰਦੇ ਸੀਗੇ ਪਰ ਬਲੈਕ ਪੰਜਾਬ ਕਹਿੰਦੇ ਫਿਰ ਲੱਗਦਾ ਸੀ ਨਹੀਂ ਯਾਰ ਅਸੀਂ ਆਪਦੇ ਪੰਜਾਬ ਦੇ ਨਾਲ ਬਲੈਕ ਨਹੀਂ ला ਸਕਦੇ ਤਾਂ ਫਿਰ ਉਹ ਕਦੇ ਕਦੇ ਲੱਗਦੇ ਲੱਗਦੇ ਜਦੋਂ ਸਮਝ ਆਇਆ ਵੀ ਜਿਸ ਦਿਨ ਵਾਈਟ ਪੰਜਾਬ ਸਮਝ ਆਇਆ ਤਾਂ ਉਹ ਆਪਣੇ ਆਪ ਚ ਸਾਡੇ ਵੀ ਸਮਝ ਲਓ ਜਿਵੇਂ ਕਹਿਦੀ ਵੀ ਇੱਕ ਗਿਆਨ ਜਾਂ ਹੋ ਜਾਂਦਾ ਜਾਂ ਇੱਕ ਸਕੂਨ ਜਾਂ ਮਿਲ ਜਾਂਦਾ ਲੱਗਿਆ ਵੀ ਇਹੀ ਨਾਮ ਹੈ ਤੇ ਫਿਰ ਜਿਵੇਂ ਯਾਰਾਂ ਦੋਸਤਾਂ ਨਾਲ ਬੰਦਾ ਡਿਸਕਸ ਕਰਦਾ ਤਾਂ ਸਭ ਨੇ ਅ ਇਸ ਨੂੰ ਕਹਾ ਵੀ ਹਾਂ ਵਧੀਆ ਟਾਈਟਲ ਆ ਕਾਕੇ ਦੀ ਤੁਸੀਂ ਗੱਲ ਕੀਤੀ ਹੈ ਕਿ ਜਿੱਥੇ ਤਾਂ ਗੀਤਾਂ ਦੇ ਨਾਲ ਸਾਰੇ ਜਾਣਦੇ ਆ ਆਪਾਂ ਇੱਥੇ ਡਿਸਕਸ ਜਿੰਨਾ ਮਰਜ਼ੀ ਕਰ ਲਈਏ ਕਾਕੇ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਗੀਤ ਲਿਖਦਾ ਹੈ ਕਿਸ ਤਰ੍ਹਾਂ ਦਾ ਉਸ ਦਾ ਵਿਛੋਕੜ ਹੈ ਕਿਸ ਤਰ੍ਹਾਂ ਦੇ ਕੰਮ ਹੈ ਖਾਸ ਕਰਕੇ ਲਾਇਬ੍ਰੇਰੀ ਬਣਾਉਣ ਦੇ ਕਰਕੇ ਕਾफी ਚਰਚਾ ਹੋ ਗਈ ਜਦੋਂ ਇਸ ਤਰ੍ਹਾਂ ਦੇ ਕਲਾਕਾਰ ਹੋਣ ਇੱਕ ਨਵੇਂ ਵੀ ਹੋਣ ਸੰਜੀਦਾ ਵੀ ਹੋਣ ਉਹਨਾਂ ਨਾਲ ਕੰਮ ਕਰਕੇ ਕਿਵੇਂ ਲੱਗਿਆ ਖਾਸ ਕਰਕੇ ਕਾਕੇ ਦੀ ਭੂਮਿਕਾ ਕੀ ਰਹਿਣ ਵਾਲੀ ਫਿਲਮ 'ਚ ਅ ਕਾਕਾ ਵੀਰਾ ਮੈਨੂੰ ਪਰਸਨਲੀ ਫਿਲਮ ਲਈ ਮੈਂ ਜਦੋਂ ਫਿਲਮ ਦੇ ਕਿਰਦਾਰਾਂ ਚ ਹਮੇਸ਼ਾ ਹੈਡ ਨਾਮ ਦਾ ਕਿਰਦਾਰ ਆ ਵੀਰੇ ਨੇ ਜਿਹੜਾ ਕੀਤਾ ਤਾਂ ਮੈਨੂੰ ਉਹਦੇ ਚ ਹਮੇਸ਼ਾ ਕਾਕਾ ਬਾਈ ਦਿਖਦਾ ਸੀਗਾ ਪਰ ਮੈਨੂੰ ਲੱਗਦਾ ਸੀ ਯਾਰ ਵੀਰੇ ਦੇ ਗਾਣੇ ਰੋਮਾਂਟਿਕ ਜਿਹਨੇ ਵੀ ਸ਼ਾਇਦ ਇਹ ਫਿਲਮ ਥੋੜੀ ਕੀ ਕਹਾਂਗੇ ਬੋਲਡ ਸਬਜੈਕਟ ਦਾ ਹੈਗਾ ਹੀ ਆ ਵੀ ਸ਼ਾਇਦ ਵੀਰੇ ਦੇ ਨਾ ਸਮਝ ਆਏ ਪਰ ਮੈਂ ਕਹਾਂ ਚਲੋ ਸੁਣਾਉਨੇ ਆ ਤਾਂ ਕਹਾਣੀ ਸੁਣਾਈ ਤਾਂ ਵੀਰੇ ਨੇ ਪਹਿਲੇ ਝੂਠ ਹੀ ਕਹਤਾ ਸੀ ਵੀਰੇ ਆਪਾਂ ਇਹ ਫਿਲਮ ਕਰਾਂਗੇ ਤਾਂ ਜਿਹੜੀ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਸੀ ਯਾਰ ਵੀ ਮੋਟੀਆਂ ਫੀਸਾਂ ਲੈਂਦੇ ਨੇ ਬਾਈ ਹੋਰੀ ਗਾਣੇ ਦੀਆਂ ਵੀ ਪਤਾ ਨਹੀਂ ਹੁਣ ਸਾਡੇ ਤੋਂ ਕੀ ਮੰਗ ਲੈਣਗੇ ਪਰ ਇਸ ਗੱਲੋਂ ਕਿਉਂਕਿ ਜਿਵੇਂ ਆਪਾਂ ਕਿਹਾ ਵਾਈਟ ਪੰਜਾਬ ਪੰਜਾਬ ਦੇ ਮੁੰਡਿਆਂ ਦੀ ਫਿਲਮ ਹੈ ਪੰਜਾਬ ਦੀ ਫਿਲਮਾਂ ਤਾਂ ਪੰਜਾਬ ਦਾ ਜੇ ਕਾਕੇ ਵਰਗੇ ਮੁਕਾਮ ਤੇ ਹੋ ਕੇ ਕੋਈ ਸਿੰਗਰ ਪੰਜਾਬ ਲਈ ਸੋਚ ਰਿਹਾ ਯੂਥ ਲਈ ਬੱਚਿਆਂ ਲਈ ਸੋਚ ਰਿਹਾ ਲਾਇਬ੍ਰੇਰੀਜ਼ ਬਣਾ ਰਿਹਾ ਤਾਂ ਇਹ ਬਹੁਤ ਵੱਡੀ ਗੱਲ ਆ ਇੱਥੋਂ ਸਮਝ ਆਉਂਦਾ ਵੀ ਯਾਰ ਸਾਡਾ ਭਵਿੱਖ ਉਜਵਲ ਹੋਣ ਆਲਾ ਹੈ ਸਾਡਾ ਭਵਿੱਖ ਸੋਨਾ ਹੋਣ ਆਲਾ ਤੇ ਕਾਕਾ ਵਾਕਈ ਇਹ ਨਹੀਂ ਹੈਗਾ ਵੀ ਮੈਂ ਕੈਮਰੇ ਮੁਰੇ ਮੁਰੇ ਵੀਰੇ ਦੀ ਤਾਰੀਫ ਹੀ ਕਰਨੀ ਆ ਜੇ ਬਾਈ ਨੇ ਕੁਛ ਮਾੜਾ ਕੀਤਾ ਹੁੰਦਾ ਸ਼ਾਇਦ ਆਪਾਂ ਉਹ ਵੀ ਕਹਿ ਦਿੰਦੇ ਕਿਉਂਕਿ ਹੱਕ ਹੁੰਦਾ ਹੈ ਵੀ ਆਪਾਂ ਐਸੀ ਕੀਤਾ ਕਿ ਨਹੀਂ ਨਹੀਂ ਮਾੜਾ ਨਹੀਂ ਕੀਤਾ ਉਹ ਬਹੁਤ ਉਹਨਾਂ ਨਾਲ ਕੰਮ ਕਰਕੇ ਪ੍ਰੋਫੈਸ਼ਨਲ ਨੇ ਟਾਈਮ ਤੇ ਆਉਣਾ ਤੇ ਦੂਸਰਾ ਵੀ ਪਾਣੀ ਦਾ ਘਟ ਵੀ ਉਹ ਘਰ ਹੀ ਲਿਆਉਂਦੇ ਨੇ ਨਾ ਵੀ ਮਤਲਬ ਉਹਨਾਂ ਦਾ ਫਿਲਮ 'ਚ ਹੋਣਾ ਕਿਸੇ ਡਾਇਰੈਕਟਰ ਪ੍ਰੋਡਿਊਸਰ ਨੂੰ ਦੁੱਖਦਾ ਨਹੀਂ ਸੀਗਾ ਦੂਜਾ ਉਹ ਸਬਜੈਕਟ ਪ੍ਰਤੀ ਸੰਜੀਦਾ ਸੀ ਉਹ ਡਾਇਰੈਕਟਰ ਦੇ ਐਕਟਰ ਬਣ ਕੇ ਉਹਨਾਂ ਨੇ ਕੰਮ ਕੀਤਾ ਤਾਂ ਕਰਕੇ ਜੇ ਉਹਨਾਂ ਨੇ ਸੋਨਾ ਕੰਮ ਕੀਤਾ ਉਹਦਾ ਵੀ ਚਲੋ ਅਸੀਂ ਉਹ ਉਹਨਾਂ ਦਾ ਹੀ ਹਿੱਸਾ ਜੇ ਉਹਨਾਂ ਦੇ ਕੰਮ 'ਚ ਕੋਈ ਕਮੀ ਲੱਗੀ ਉਹਦਾ ਕਰੈਡਿਟ ਅਸੀਂ ਲੈਣ ਨੂੰ ਰੈਡੀ ਆ ਕਿਉਂਕਿ ਉਹਨਾਂ ਨੇ ਬਹੁਤ ਟੀਮ ਵਰਕ 'ਚ ਵਧੀਆ ਕੰਮ ਕੀਤਾ ਤੇ ਅਦਰਵਾਈਜ਼ ਕਈ ਲੋਕਾਂ 'ਚ ਕਮੀ ਹੁੰਦੀ ਆ ਉਹ ਆਪ ਦਾ ਦਿਖਾਵਾ ਜ਼ਿਆਦਾ ਕਰੀ ਜਾਂਦੇ ਨੇ ਵੀਰ ਮੈਂ ਫਲਾਣੀ ਚੀਜ਼ ਆ ਉਹ ਬਾਕੀਆਂ ਨੂੰ ਦਬਦੇ ਨੇ ਆਪ ਉੱਤੇ ਆਉਂਦੇ ਨੇ ਪਰ ਕਾਕਾ ਵੀਰੇ ਇੱਕ ਟੀਮ ਵਰਕ 'ਚ ਪਰਪੱਕ ਰਿਹਾ ਤੇ ਉਹਨੇ ਬੜੇ ਸੱਚੇ ਜਿਹੇ ਢੰਗ ਨਾਲ ਵਧੀਆ ਢੰਗ ਨਾਲ ਕੰਮ ਕੀਤਾ ਜੀ ਅਖੀਰ ਦੇ ਵਿੱਚ ਇਹ ਹੀ ਜਾਣਨਾ ਤੁਹਾਡੇ ਤੋਂ ਕਿ ਫਿਲਮ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਉਵੇਂ ਮੈਂ ਤੁਹਾਡੀ ਟੀਮ ਦੀ ਸਾਰਿਆਂ ਦੀ ਜ਼ਿੰਮੇਵਾਰੀਆਂ ਵੀ ਵੱਧਦੀਆਂ ਜਾਣਗੀਆਂ ਕਿ ਕਿ ਕਿਸੀ ਲੋਕਾਂ ਤੱਕ ਪਹੁੰਚ ਕਿਵੇਂ ਕਰਨੀ ਹੈ ਸਭ ਤੋਂ ਸੌਖਾ ਤੇ ਢੰਗ ਤਰੀਕਾ ਕੀ ਜਹਨ ਦੇ ਵਿੱਚ ਚੱਲਦਾ ਹੈ ਕਿ ਅਸੀਂ ਇਸ ਤਰ੍ਹਾਂ ਲੋਕਾਂ ਤੱਕ ਪਹੁੰਚਣਾ ਹੈ ਔਰ ਫਿਲਮ ਤੱਕ ਲੋਕ ਪਹੁੰਚਣ ਅ ਭਾਈ ਮੈਨੂੰ ਇਹ ਹੀ ਲੱਗਦਾ ਪੱਲੇਖਾ ਕਹਿ ਲਓ ਵਹਿਮ ਕਹਿ ਲਓ ਜਾਂ ਯਕੀਨ ਕਹਿ ਲਓ ਮੈਨੂੰ ਹਮੇਸ਼ਾ ਇੱਕ ਚੀਜ਼ ਸਮਝ ਆਈ ਹੈ ਬਹੁਤ ਵੱਡੀ ਪ੍ਰੋਮੋਸ਼ਨ ਕਰ ਲੋ ਦਿਖਾਵੇ ਲਈ ਹੁੰਦੀ ਆ ਕਿਉਂਕਿ ਆਪਾਂ ਕਿਸੇ ਵੀ ਫੀਲਡ ਤੇ ਆਜੀਆ ਲੀਡਰਸ ਲਾ ਲਈ ਉਹਨਾਂ ਨੇ ਵੈਨਾ ਦੇ ਫੋਟੋਆਂ ਲਾ ਲੈਂਦੇ ਨੇ ਕਿ ਪੋਸਟਰ ਬੋਰੀਆਂ ਬਹੁਤ ਕੁਝ ਹੋ ਜਾਂਦੀਆਂ ਪਰ ਸਰਕਾਰਾਂ ਰਾਤੋਂ ਰਾਤ ਬਦਲ ਜਾਂਦੀਆਂ ਨੇ ਤਾਂ ਇੱਕ ਚੀਜ਼ ਤਾਂ ਹੈਗੀ ਆ ਪ੍ਰੋਮੋਸ਼ਨ ਸਿਰਫ ਪ੍ਰੋਪੋਗੈਂਡਾ ਜਿਹਾ ਜਿੱਦੇ ਚ ਸ਼ਾਇਦ ਕੋਸ਼ਿਸ਼ ਕਰਾਨਿਆਂ ਦੇ ਜਾਂ ਕੁਝ ਬੰਦਿਆਂ ਦੇ ਢਿੱਡ ਭਰ ਰਹੇ ਹੋਣੇ ਚੰਗਾ ਸਬਜੈਕਟ ਜਾਂ ਚੰਗੀ ਫਿਲਮ ਚੰਗੀ ਕਿਤਾਬ ਉਹ ਆਪ ਮਹਾਰੇ ਲੋਕ ਉਹਨੂੰ ਪ੍ਰਮੋਟ ਕਰਦੇ ਨੇ ਤਾਂ ਅਸੀਂ ਵੀ ਵਾਈਟ ਪੰਜਾਬ ਲਈ ਕੋਈ ਬਹੁਤ ਵੱਡੇ ਕੁਝ ਲੈ ਕੇ ਨਹੀਂ ਖਜਾਨੇ ਤੁਰੇ ਸਾਡੇ ਚ ਜਿੰਨੀ ਕੁ ਜੁਰਤ ਸੀ ਜਾਂ ਜਿੰਨਾ ਕੁ ਸਾਡਾ ਹੌਸਲਾ ਸੀ ਤਾਕਤ ਸੀ ਅਸੀਂ ਵੀਰੇ ਇੱਕ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰਤੀ ਤੇ ਹਾਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਇੱਕ ਠੀਕ ਫਿਲਮ ਬਣ ਕੇ ਆਈ ਆ ਹੁਣ ਪ੍ਰਮੋਟ ਤਾਂ ਕਿਉਂਕਿ ਪੰਜਾਬ ਸਾਰੀਆਂ ਚੀਜ਼ਾਂ ਨੂੰ ਪਿਆਰ ਕਰਦਾ ਚੰਗੀਆਂ ਚੀਜ਼ਾਂ ਨੂੰ ਪਿਆਰ ਕਰਦਾ ਉਹਨੇ ਆਪ ਹੀ ਸਾਨੂੰ ਯਕੀਨ ਆ ਵੀ ਉਹਨੇ ਆਪ ਹੀ ਫੁੱਲਾ ਵਾਂਗੂ ਚੱਕ ਲੈਣਾ ਪ੍ਰਮੋਸ਼ਨ ਲੋਡ ਵੀ ਹੁੰਦੀ ਆ ਨਾ ਇੱਕ ਇਸ ਤਰ੍ਹਾਂ ਦੇ ਕੰਮਾਂ ਦੀ ਆ ਲੋਡ ਹੁੰਦੀ ਆ ਪਰ ਹੁਣ ਉਹੀ ਗੱਲ ਜਿਵੇਂ ਤੁਸੀਂ ਵੀ ਕਹਿਆ ਸੀਗਾ ਵੀ ਆਪਣੇ ਆਪਣੇ ਕੰਮ ਦੇ ਮਾਹਰ ਲੋਕ ਹੈਗੇ ਨੇਗੇ ਤੇ ਸਾਰੇ ਸਾਰੇ ਐਕਟਰ ਐਕਟਿਵ ਨੇਗੇ ਹਨਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਐਂਟਰਟੇਨ ਕਰਦੇ ਰਹਿੰਦੇ ਨੇਗੇ ਤਾਂ ਇੱਕ ਵੱਡਾ ਪ੍ਰੋਮੋਸ਼ਨ ਵਾਲਾ ਪਾਸਾ ਉਧਰੋਂ ਹੱਲ ਹੋ ਜਾਣਾ ਬਾਕੀ ਤੁਸੀਂ ਭਰਾ ਬੈਠੇ ਹੋ ਚੱਕੀ ਚੱਲੋਂਗੇ ਚੌਟੇ ਜੀ ਬਹੁਤ ਸ਼ੁਕਰੀਆ ਜੀ ਤਾਂ ਐਸਨ ਸਾਡੇ ਨਾਲ ਗੱਬਰ ਸੰਗਰੂਰ ਵਾਈਟ ਪੰਜਾਬ ਫਿਲਮ ਲੈ ਕੇ ਆ ਰਹੇ ਨੇ ਡਾਇਰੈਕਸ਼ਨ ਇਹਨਾਂ ਦੀ ਹੋਵੇਗੀ ਫਿਲਮ ਮੇਕਰ ਨੇ ਔਰ ਫਿਲਮ ਦੇ ਵਿੱਚ ਕੀ ਦੇਖਣ ਨੂੰ ਮਿਲਣ ਵਾਲਾ ਸਾਰੀਆਂ ਗੱਲਾਂ ਅਸੀਂ ਬਰੀਫ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਗਾਇਕੀ ਤੋਂ ਬਾਅਦ ਹੁਣ ਫਿਲਮਾਂ ਦੇ ਖੇਤਰ ਵਿੱਚ ਕਾਕਾ ਕਿਹੜਾ ਮੁਕਾਮ ਹਾਸਲ ਕਰਦਾ ਹੈ ਫਿਲਮ ਨੇ ਵੀ ਤੈਅ ਕਰ ਦੇਣਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ 29 ਸਤੰਬਰ ਨੂੰ ਜਦੋਂ ਸਿਨੇਮਾ ਘਰਾਂ ਦਾ ਫਿਲਮ ਨੇ ਸ਼ਿੰਗਾਰ ਬਣਨਾ ਹੈ ਉਦੋਂ ਲੋਕ ਕਿੰਨਾ ਖੰਗਾਰਾ ਇਸ ਫਿਲਮ ਨੂੰ ਦਿੰਦੇ ਨੇ ਫਿਲਹਾਲ ਇਸ ਮੁਲਾਕਾਤ ਚੇਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ